ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ। ਮੈਂ ਸੁੱਖੀ ਟਿਵਾਣਾ, ਟਿਵਾਣਾ ਸੀਡ ਸਟੋਰ ਤੋਂ, ਅਤੇ ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਖੇਤੀ ਇਨਫੋ। ਕਿਸਾਨ ਵੀਰੋ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ DBW 187 ਜਿਹੜੀ ਕਣਕ ਦੀ ਵਰਾਇਟੀ ਹੈਗੀ ਇਹਦੇ ਬਾਰੇ। ਵੈਸੇ ਤਾਂ ਦੇਖੋ ਪਿਛਲੇ ਸਾਲ ਆਪਾਂ ਨੇ ਇਸ ਵਰਾਇਟੀ ਬਾਰੇ ਵੀਡੀਓਜ਼ ਬਣਾਈਆਂ ਸੀਗੀਆਂ, ਅਤੇ ਪਰ ਕੁਛ ਕੁ ਹੋਰ ਨਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਿਕਲ ਕੇ ਸਾਹਮਣੇ ਆਈਆਂ ਨੇ ਪਿਛਲੇ ਸਾਲ, ਅਤੇ ਮੈਂ ਆਪਣਾ ਫਰਜ਼ ਸਮਝਦਾ ਕਿ ਮੈਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਾਂ। ਕਿਉਂਕਿ ਹੋ ਸਕਦਾ ਇਸ ਵਾਰ ਜਿਹਨਾਂ ਕਿਸਾਨ ਵੀਰਾਂ ਨੇ ਇਹ ਵਰਾਇਟੀ ਬੀਜਣ ਬਾਰੇ ਸੋਚਿਆ ਅਤੇ ਉਹਨਾਂ ਨੂੰ ਉਹਨਾਂ ਚੀਜ਼ਾਂ ਦੇ ਨਾਲ ਕੁਛ ਨਾ ਕੁਛ ਫਾਇਦਾ ਹੋ ਸਕੇ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਅਪੀਲ ਉਹਨਾਂ ਵੀਰਾਂ ਨੂੰ ਕਰਨਾ ਚਾਹਾਂਗਾ ਜਿਹੜੇ ਕਹਿੰਦੇ ਕਿ ਵੀਡੀਓ ਦੀ ਲੈਂਥ ਜ਼ਿਆਦਾ ਹੁੰਦੀ ਹੈ, ਇਹਨੂੰ ਛੋਟੀ ਕਰੋ ਅਤੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ, ਅਤੇ ਉਸ ਤੋਂ ਬਾਅਦ ਪੁਆਇੰਟ ਆਊਟ ਕਰਕੇ ਮੈਨੂੰ ਗੱਲਾਂ ਦੱਸੋ ਜੀ ਕਿ ਇਹ ਇਹ ਜਿਹੜੀਆਂ ਗੱਲਾਂ ਨੇ ਤੁਸੀਂ ਫਾਲਤੂ ਦੇ ਵਿੱਚ ਕੀਤੀਆਂ ਨੇ ਅਤੇ ਇਹ ਆਪਾਂ ਨੂੰ ਨਹੀਂ ਕਰਨੀ ਚਾਹੀਦੀਆਂ, ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਸਕਾਂ। ਸੋ ਤੁਸੀਂ ਕਮੈਂਟਾਂ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਲਿਖ ਸਕਦੇ ਹੋ ਜਿੱਥੇ ਤੁਹਾਨੂੰ ਲੱਗਦਾ ਕਿ ਇਹ ਫਾਲਤੂ ਦੀਆਂ ਗੱਲਾਂ ਹੋ ਗਈਆਂ, ਅਤੇ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ। ਅਤੇ ਜੇ ਆਪਾਂ ਹੁਣ ਦੇਖੋ ਗੱਲ ਕਰੀਏ ਸ਼ੁਰੂ ਦੇ ਵਿੱਚ ਇੱਥੋਂ ਕਰਦੇ ਹਾਂ ਕਿ ਪਿਛਲੇ ਸਾਲ ਦੇ ਵਿੱਚ ਇਹਦੀ ਕੀ ਪਰਫਾਰਮੈਂਸ ਰਹੀ ਹੈ, ਤਾਂ ਕੁਛ ਕਿਸਾਨ ਵੀਰ ਕਹਿੰਦੇ ਆ ਕਿ ਬਹੁਤ ਵਧੀਆ ਵਰਾਇਟੀ ਹੈ, ਅਤੇ ਕੁਛ ਕਿਸਾਨ ਵੀਰ ਕਹਿੰਦੇ ਆ ਕਿ ਬਿਲਕੁਲ ਫੇਲ ਵਰਾਇਟੀ ਹੈ, ਅਤੇ ਕੀ ਇਹਦਾ ਕਾਰਨ ਹੈ ਅਤੇ ਕੀ ਇਹਨਾਂ ਕਾਰਨਾਂ ਤੋਂ ਬਚਣ ਵਾਸਤੇ ਅਸੀਂ ਕਰ ਸਕਦੇ ਹਾਂ, ਇਹ ਗੱਲ ਕਰ ਲੈਂਦੇ ਹਾਂ। ਦੇਖੋ ਜੇ ਆਪਾਂ ਝਾੜ ਦੀ ਗੱਲ ਕਰੀਏ ਪਿਛਲੇ ਸਾਲ, ਤਾਂ ਕੁਛ ਕਿਸਾਨ ਵੀਰ ਕਹਿੰਦੇ ਆ ਕਿ ਸਾਡੇ ਖੇਤਾਂ ਦੇ ਵਿੱਚ 22 ਕੁਇੰਟਲ ਤੋਂ ਲੈ ਕੇ 23 ਜਾਂ 24 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਦਿੱਤਾ ਨੇ, ਅਤੇ ਕੁਛ ਵੀਰ ਕਹਿੰਦੇ 25 ਕੁਇੰਟਲ ਤੋਂ ਲੈ ਕੇ 27 ਕੁਇੰਟਲ ਤੱਕ ਝਾੜ ਪਿਛਲੀ ਵਾਰੀ ਦਿੱਤਾ ਇਹਨੇ ਵਰਾਇਟੀ ਨੇ। ਅਤੇ ਜਿਨ੍ਹਾਂ ਵੀਰਾਂ ਦਾ ਘੱਟ ਝਾੜ ਆਇਆ ਪਹਿਲਾਂ ਉਹਨਾਂ ਦੀ ਗੱਲ ਕਰ ਲਈਏ, ਅਤੇ ਇਹਦੇ ਕਈ ਕਾਰਨ ਰਹਿ ਸਕਦੇ ਨੇ। ਇੱਕ ਤਾਂ ਸਭ ਤੋਂ ਵੱਡਾ ਕਾਰਨ ਇਹ ਰਹਿ ਸਕਦਾ ਹੈ ਕਿ ਹੋ ਸਕਦਾ ਉਹਨਾਂ ਨੂੰ ਪਿਛਲੀ ਵਾਰ ਇਹਨਾਂ ਵਰਾਇਟੀਆਂ ਦਾ ਬੀਜ ਹੈ ਜਿਹੜਾ DBW 187 ਦੀ ਗੱਲ ਕਰ ਰਹੇ ਹਾਂ ਆਪਾਂ ਇਸ ਵੀਡੀਓ 'ਚ, ਕਿ DBW 187 ਦਾ ਬੀਜ ਹੀ ਅਸਲੀ ਨਾਮ ਮਿਲਿਆ ਹੋਵੇ, ਕਿਉਂਕਿ DBW 187 ਅਤੇ DBW 222 ਪਿਛਲੀ ਵਾਰ ਪਹਿਲੀ ਵਾਰ ਮਾਰਕੀਟ ਦੇ ਵਿੱਚ ਵਿਕੀਆਂ ਸੀ, ਇਸ ਕਰਕੇ ਕਾਫੀ ਇਹਦਾ ਡੁਪਲੀਕੇਟ ਬੀਜ ਜਿਹੜਾ ਹੈਗਾ ਵਿਕਿਆ ਸੀ ਮਾਰਕੀਟ ਦੇ ਵਿੱਚ। ਅਤੇ ਜਿਵੇਂ ਇਸ ਵਾਰ DBW 303 ਜਿਹੜੀ ਵਰਾਇਟੀ ਹੈਗੀ ਹੈ ਇਹਦਾ ਵੀ ਜਿਹੜਾ ਬੀਜ ਡੁਪਲੀਕੇਟ ਵਿਕਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈਗੀ ਹੈ, ਤਾਂ ਇਹ ਜਿਹੜਾ ਕਾਰਨ ਹੈਗਾ ਇਹ ਤੋਂ ਬਚਣ ਵਾਸਤੇ ਤਾਂ ਸਾਡੀ ਆਪਣੀ ਜਿਹੜੀ ਸਤਰਕਤਾ ਹੈਗੀ ਹੈ, ਜਿਹੜੀ ਅਵੇਅਰਨੈਸ ਸਾਡੀ ਹੈ, ਉਹੀ ਕੰਮ ਆਊਗੀ ਕਿ ਬੀਜ ਆਪਾਂ ਦੇਖੋ ਉੱਥੋਂ ਲਈਏ, ਉਸ ਸੰਸਥਾ ਤੋਂ ਲਈਏ ਜਾਂ ਉਸ ਡੀਲਰ ਤੋਂ ਲਈਏ ਜਿੱਥੋਂ ਸਾਨੂੰ ਯਕੀਨ ਹੋਵੇ ਕਿ ਸਾਨੂੰ ਇੱਥੋਂ ਬੀਜ ਗਲਤ ਨਹੀਂ ਮਿਲੂਗਾ। ਅਤੇ ਇਹ ਤੋਂ ਹੋਰ ਕੋਈ ਤਰੀਕਾ ਨਹੀਂ ਹੈਗਾ ਵੀ ਆਪਾਂ ਬਚ ਸਕੀਏ, ਜਾਂ ਫਿਰ ਜਿਹੜੇ ਬੀਜ ਵੇਚ ਰਹੇ ਨੇ ਵੀਰ ਉਹਨਾਂ ਦੀ ਇੰਪੋਰਟੈਂਟ ਡਿਊਟੀ ਬਣਦੀ ਹੈ ਇਹ ਕਿ ਉਹ ਅਸਲੀ ਬੀਜ ਜਿਹੜਾ ਹੈ ਕਿਸਾਨ ਨੂੰ ਦੇਣ। ਅਤੇ ਇਹ ਜਿਹੜਾ ਕਾਰਨ ਹੈ ਇੱਕ ਰਹਿ ਸਕਦਾ, ਅਤੇ ਜੇ ਮੰਨ ਲਓ ਆਪਣੇ ਕੋਲ ਬੀਜ ਵੀ ਅਸਲੀ ਸੀਗਾ ਫਿਰ ਵੀ ਝਾੜ ਘਟਿਆ, ਤਾਂ ਉਹਦਾ ਕਾਰਨ ਹੈ ਕਿ ਦੇਖੋ ਇਹ ਵਰਾਇਟੀ ਨੂੰ ਡਿੱਗਣ ਦੀ ਇੱਕ ਤਾਂ ਸ਼ਿਕਾਇਤ ਹੈਗੀ ਹੈ, ਅਤੇ ਜੇ ਆਪਣੇ ਖੇਤਾਂ ਦੇ ਵਿੱਚ ਵਰਾਇਟੀ ਡਿੱਗ ਗਈ ਸੀ ਉਹਨੇ ਠੀਕ ਹੈ ਕਿ 22 ਤੋਂ ਲੈ ਕੇ 24 ਕੁਇੰਟਲ ਤੱਕ ਝਾੜ ਦਿੱਤਾ ਹੈ, ਅਤੇ ਜੇ ਖੜੀ ਸੀਗੀ ਉਹਨੇ ਵੱਧ ਝਾੜ ਦਿੱਤਾ ਹੈ। ਅਤੇ ਜਿਹੜਾ ਅਗਲਾ ਕਾਰਨ ਰਿਹਾ ਉਹ ਸਾਰੀਆਂ ਵਰਾਇਟੀਆਂ 'ਤੇ ਅਸਰ ਪਿਆ ਸੀਗਾ ਕਿ ਪਿਛਲੀ ਵਾਰ ਝਾੜ ਜਿਹੜਾ ਹੈਗਾ ਕਣਕਾਂ ਦਾ ਘੱਟ ਸੀਗਾ, ਉਹਦਾ ਕਾਰਨ ਸੀਗਾ ਕਿ ਮੌਸਮ ਜਿਹੜਾ ਹੈਗਾ 20 ਮਾਰਚ ਤੋਂ ਲੈ ਕੇ 7 ਅਪ੍ਰੈਲ ਤੱਕ ਬਹੁਤ ਤੇਜ਼ ਪੱਛਮੀ ਹਵਾਵਾਂ ਚੱਲੀਆਂ ਨੇ, ਖੁਸ਼ਕ ਹਵਾਵਾਂ ਸੀਗੀਆਂ ਉਹ, ਅਤੇ ਟੈਂਪਰੇਚਰ ਵੀ ਹਾਈ ਸੀਗਾ, ਇਸ ਕਰਕੇ ਜਿਹੜਾ ਟਾਈਮ ਮਿਲਣਾ ਚਾਹੀਦਾ ਸੀਗਾ ਕਣਕ ਨੂੰ ਪੱਕਣ ਵਾਸਤੇ ਉਹਨਾਂ ਦਿਨਾਂ ਦੇ ਵਿੱਚ ਉਹ ਟਾਈਮ ਪ੍ਰੋਪਰ ਨਹੀਂ ਮਿਲ ਸਕਿਆ, ਇਸ ਕਰਕੇ ਦਾਣਿਆਂ ਦੇ ਵਿੱਚ ਪ੍ਰੋਪਰ ਵਜਨ ਜਿਹੜਾ ਸੀਗਾ ਉਹ ਨਹੀਂ ਬਣ ਸਕਿਆ, ਇਹ ਵੀ ਇੱਕ ਕਾਰਨ ਰਿਹਾ ਝਾੜ ਘਟਣ ਦਾ। ਇਹ ਗੱਲ ਮੈਂ ਤਾਂ ਕਰ ਰਿਹਾ ਕਿ ਕੁਛ ਵੀਰ ਇਹ ਗੱਲ ਕਰ ਰਹੇ ਨੇ ਕਿ ਜੇ ਮੰਨ ਲਓ ਇਹਦਾ ਝਾੜ ਪਿਛਲੀ ਵਾਰੀ 25 ਜਾਂ 26 ਕੁਇੰਟਲ ਵੀ ਆਇਆ ਜਿਹੜੀਆਂ ਖੜੀਆਂ ਸੀ, ਤਾਂ ਕਹਿੰਦੇ ਕਿ HD 3086 ਵੀ 25-26 ਕੁਇੰਟਲ ਝਾੜ ਤਾਂ ਦੇ ਜਾਂਦੀ ਹੈ, ਫਿਰ ਇਹ ਇਹਦਾ ਕੀ ਫਾਇਦਾ ਹੈ। ਤਾਂ ਦੇਖੋ ਪਿਛਲੀ ਵਾਰ ਜਿਹੜੀ HD 3086 ਹੈ ਉਹਨੇ ਇੰਨਾ ਝਾੜ ਨਹੀਂ ਦਿੱਤਾ ਹੈਗਾ 25-26 ਕੁਇੰਟਲ ਦਾ, ਅਤੇ ਜਦੋਂ ਵੀ ਅਸੀਂ ਕੰਪੈਰੀਜ਼ਨ ਕਰਨਾ ਹੈ ਆਪਾਂ ਨੂੰ ਉਹੀ ਸਾਲ ਦੇ ਝਾੜ ਦੇ ਅਨੁਸਾਰ ਕਰਨਾ ਪਊਗਾ, ਤਾਂ ਹੀ ਆਪਾਂ ਕਿਸੇ ਨਤੀਜੇ 'ਤੇ ਪਹੁੰਚ ਸਕਦੇ ਹਾਂ। ਤਾਂ ਪਿਛਲੀ ਵਾਰੀ HD 3086 ਦਾ ਝਾੜ ਸੀਗਾ ਜਿਹੜਾ ਉਹ ਔਸਤਨ 20 ਕੁਇੰਟਲ ਤੋਂ ਲੈ ਕੇ 22 ਕੁਇੰਟਲ ਝਾੜ ਰਿਹਾ ਆਮ ਖੇਤਾਂ ਦੇ ਵਿੱਚ, ਕਿਸੇ ਖੇਤ ਦੇ ਵਿੱਚ ਹੋ ਸਕਦਾ ਜਾਂ 23 ਜਾਂ 24 ਕੁਇੰਟਲ ਨਿਕਲੀ ਹੋਵੇ, ਅਤੇ ਕਈ ਖੇਤਾਂ ਦੇ ਵਿੱਚ ਤਾਂ ਇਹ 17 ਕੁਇੰਟਲ ਤੋਂ ਲੈ ਕੇ 18 ਜਾਂ 19 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਵੀ ਨਿਕਲੀ ਹੈ HD 3086। ਤਾਂ ਇਸ ਹਿਸਾਬ ਨਾਲ ਦੇਖੀਏ ਤਾਂ ਜਿਹੜੀ DBW 187 ਖੜੀ ਸੀਗੀ ਤਾਂ ਉਹਨੇ HD 3086 ਨਾਲੋਂ 3 ਜਾਂ 4 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਿਛਲੀ ਵਾਰ ਝਾੜ ਵੱਧ ਦਿੱਤਾ ਹੈ। ਅਤੇ ਜਿਹੜੀ ਇਹ ਵਰਾਇਟੀ ਡਿੱਗਦੀ ਹੈ ਇਹ ਤੋਂ ਬਚਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਦੇਖੋ DBW 187 ਜਿਹੜੀ ਕਣਕ ਦੀ ਵਰਾਇਟੀ ਹੈ ਇਹ ਇੱਕ ਇਹੋ ਜਿਹੀ ਵਰਾਇਟੀ ਹੈ, ਚਾਹੇ ਆਪਾਂ ਇਹਨੂੰ 20 ਅਕਤੂਬਰ ਨੂੰ ਬੀਜ ਦੀਏ ਖੇਤ ਦੇ ਵਿੱਚ ਅਤੇ ਚਾਹੇ ਆਪਾਂ ਇਹਨੂੰ 20 ਨਵੰਬਰ ਨੂੰ ਬੀਜ ਦੀਏ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਪਛੇਤੀ ਜਾ ਕੇ ਇਹ ਕੋਈ ਝਾੜ ਘਟਾ ਜੂਗੀ, ਤੁਹਾਨੂੰ ਝਾੜ ਇਹ ਪ੍ਰੋਪਰ ਦੇਊਗੀ ਇਹ ਸਾਰੇ ਟਾਈਮ ਦੇ ਵਿੱਚ। ਅਤੇ ਅਗੇਤੀ ਜਿਹੜੀ ਹੈਗੀ ਆ, ਅਗੇਤੀ ਝਾੜ ਘਟਾਉਣ ਦਾ ਕਾਰਨ ਕੀ ਹੈ? ਜਿਵੇਂ ਪਿਛਲੇ ਵਾਰ ਜਿਹੜੀ ਜ਼ਿਆਦਾ ਅਗੇਤੀ ਸੀਗੀ
ਉਹਨੇ ਜ਼ਿਆਦਾ ਝਾੜ ਘਟਾਇਆ ਸੀ ਕਿਉਂਕਿ ਉਹੀ ਜ਼ਿਆਦਾ ਕਣਕ ਡਿੱਗੀ ਸੀਗੀ। ਉਹਦਾ ਕਾਰਨ ਇਹ ਹੈ ਦੇਖੋ ਕਿ ਜਦੋਂ ਆਪਾਂ ਜ਼ਿਆਦਾ ਅਗੇਤਾ ਕੋਈ ਵੀ ਬੀਜ ਹੈਗਾ ਜਦੋਂ ਉਹਨੂੰ ਬੀਜਾਂਗੇ ਤਾਂ ਉਹਨੇ ਆਟੋਮੈਟਿਕਲੀ ਹਾਈਟ ਹੈ ਜਿਹੜੀ ਉਹ ਜ਼ਿਆਦਾ ਕਰ ਲੈਣੀ ਹੈ। ਇਸੇ ਤਰ੍ਹਾਂ ਹੁਣ ਜੇ ਮੰਨ ਲਓ ਐਤਕੀ ਤਾਂ 20 ਤਰੀਕ ਤਾਂ ਨਿਕਲ ਗਈ 20 ਅਕਤੂਬਰ ਦਾ ਅਤੇ ਅੱਜ 23 ਅਕਤੂਬਰ ਹੋ ਚੁੱਕਿਆ ਹੈ ਅਤੇ ਇਸ ਵਾਰ ਵੀ ਜਿਹੜੇ ਵੀਰ ਤਾਂ ਇਹਨੂੰ 25 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਖੇਤਾਂ ਦੇ ਵਿੱਚ ਬੀਜਣਗੇ ਉਹ ਹਾਈਟ ਜਿਹੜੀ ਹੈਗੀ ਹੈ ਇਹ ਜ਼ਿਆਦਾ ਕਰ ਸਕੂਗੀ ਅਤੇ ਜਿਹੜੇ ਵੀਰ 5 ਨਵੰਬਰ ਤੋਂ ਲੈ ਕੇ 20 ਨਵੰਬਰ ਦੇ ਵਿੱਚ ਬਿਜਾਈ ਕਰਨਗੇ ਇਸ ਵਰਾਇਟੀ ਦੀ ਉਹਨਾਂ ਦੇ ਖੇਤਾਂ ਦੇ ਵਿੱਚ ਹਾਈਟ ਜਿਹੜੀ ਹੈਗੀ ਹੈ ਇਹਦੀ ਘੱਟ ਰਹੂਗੀ। ਅਤੇ ਇੱਕ ਕਾਰਨ ਤਾਂ ਇਹ ਹੋ ਗਿਆ ਕਿ ਇਹ ਜ਼ਿਆਦਾ ਡਿੱਗੂਗੀ ਜੇ ਇਹਨੂੰ ਆਪਾਂ ਜ਼ਿਆਦਾ ਅਗੇਤੀ ਬੀਜਾਂਗੇ ਅਤੇ ਦੂਜਾ ਹੈਗਾ ਕਿ ਆਪਣੀ ਜਿਹੜੀ ਬਿਜਾਈ ਦਾ ਢੰਗ ਹੈ ਅਤੇ ਜੇ ਆਪਾਂ ਇਹਨੂੰ ਜੀਰੋ ਡਰਿੱਲ ਜਾਂ ਹੈਪੀ ਸੀਡਰ ਦੇ ਨਾਲ ਬੀਜਦੇ ਹਾਂ ਤਾਂ 50% ਤਾਂ ਵੈਸੇ ਹੀ ਚਾਂਸ ਘੱਟ ਜਾਂਦੇ ਨੇ ਕਿ ਕੋਈ ਫਸਲ ਡਿੱਗੇ। ਅਤੇ ਜਿਹੜੀ ਆਪਾਂ ਰੋਟਾਵੇਟਰ ਨਾਲ ਜਾਂ ਸੁਪਰ ਸੀਡਰ ਵਗੈਰਾ ਨਾਲ ਬਿਜਾਈ ਕਰਦੇ ਹਾਂ ਅਤੇ ਉਹਦੇ ਨਾਲ ਫਸਲ ਦੇ ਡਿੱਗਣ ਦੇ ਚਾਂਸ ਜਿਹੜੇ ਹੈਗੇ ਆ ਉਹ ਜ਼ਿਆਦਾ ਰਹਿੰਦੇ ਨੇ ਕਿਉਂਕਿ ਰੋਟਾਵੇਟਰ ਅਤੇ ਸੁਪਰ ਸੀਡਰ ਤਾਂ ਸੇਮ ਹੀ ਚੀਜ਼ ਆ ਜਾਂਦੀ ਹੈ। ਰੋਟਾਵੇਟਰ ਦੇ ਨਾਲ ਜਿਹੜੇ ਦਾਣੇ ਹੈਗੇ ਆ ਉਹ ਸਾਰੇ ਖੇਤ ਦੇ ਵਿੱਚ ਖਿੰਡ ਜਾਂਦੇ ਨੇ ਅਤੇ ਜਦੋਂ ਆਪਾਂ ਸੁਪਰ ਸੀਡਰ ਦੇ ਨਾਲ ਬਿਜਾਈ ਕਰਦੇ ਹਾਂ ਉਹ ਸਿਰਫ ਲਾਈਨਾਂ ਦੇ ਵਿੱਚ ਬੀਜ ਦਿੰਦਾ ਹੈਗਾ, ਉਹ ਦੋਨੋਂ ਇੱਕ ਤਰ੍ਹਾਂ ਨਾਲ ਰੋਟਾਵੇਟਰ ਹੀ ਹੈ। ਅਤੇ ਇਸ ਕਰਕੇ ਇਹਨਾਂ ਦੋਨੋਂ ਤਰੀਕਿਆਂ ਨੂੰ ਆਪਾਂ ਅਵੋਇਡ ਕਰੀਏ ਅਤੇ ਸਿਰਫ ਜੀਰੋ ਡਰਿੱਲ ਅਤੇ ਹੈਪੀ ਸੀਡਰ ਦੇ ਨਾਲ ਆਪਾਂ ਇਹਦੀ ਬਿਜਾਈ ਕਰੀਏ ਅਤੇ ਬਿਜਾਈ ਆਪਾਂ 5 ਨਵੰਬਰ ਤੋਂ ਲੈ ਕੇ 20 ਨਵੰਬਰ ਦੇ ਵਿੱਚ ਕਰਾਂਗੇ ਤਾਂ ਬਿਲਕੁਲ ਸਹੀ ਆਪਾਂ ਨੂੰ ਇਹਦਾ ਜਿਹੜਾ ਝਾੜ ਹੈ ਉਹ ਮਿਲ ਸਕਦਾ ਹੈ। ਅਤੇ ਬਾਕੀ ਜਿਹੜਾ ਮੌਸਮ ਹੈਗਾ ਦੇਖੋ, ਮੌਸਮ ਤਾਂ ਸਾਰੀਆਂ ਵਰਾਇਟੀਆਂ 'ਤੇ ਇਹੀ ਫਰਕ ਪਊਗਾ, ਮੌਸਮ ਦਾ ਫੇਵਰੇਬਲ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਬਾਕੀ ਜਿਹੜੀ ਸਾਡੀ ਮੈਨੇਜਮੈਂਟ ਹੈ ਉਹਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਪਾਉਂਦੇ ਰਹਾਂਗੇ ਅਤੇ ਜਿਹੜੇ ਜਿਹੜੇ ਟਾਈਮ 'ਤੇ ਮੈਨੂੰ ਲੱਗੂਗਾ ਕਿ ਹੁਣ ਕੋਈ ਖਾਸ ਹਦਾਇਤਾਂ ਦੇਣ ਦੀ ਜ਼ਰੂਰਤ ਹੈ ਜਾਂ ਆਪਾਂ ਨੂੰ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਵਰਾਇਟੀ ਬਾਰੇ, ਉਹ ਆਪਾਂ ਵੀਡੀਓਜ਼ ਅੱਗੇ ਨਾਲ ਦੀ ਨਾਲ ਪਾ ਦਾਂਗੇ। ਅਤੇ ਇੱਕ ਜਿਹੜਾ ਇਹਦੇ ਵਿੱਚ ਆਪਾਂ ਨੂੰ ਹੋਰ ਹੈਗਾ ਕਿ ਲੀਹੋਸਿਨ ਜਿਹੜਾ ਹੈਗਾ, ਲੀਹੋਸਿਨ ਦਾ ਆਪਾਂ ਨੂੰ ਸਪਰੇ ਇਹਦੇ 'ਤੇ ਕਰਨਾ ਚਾਹੀਦਾ ਅਤੇ ਉਹਦੇ ਨਾਲ ਕੀ ਹੁੰਦਾ ਕਿ ਹਾਈਟ ਵੀ ਕੰਟਰੋਲ ਦੇ ਵਿੱਚ ਰਹਿੰਦੀ ਹੈ ਅਤੇ ਨਾਲੀ ਦੇ ਵਿੱਚ ਜਿਹੜੀਆਂ ਦੇਖੋ ਗੰਢਾਂ ਬਣਦੀਆਂ ਹੁੰਦੀਆਂ ਨੇ ਉਹ ਨੇੜੇ ਬਣਨਗੀਆਂ ਅਤੇ ਜਿੰਨੀਆਂ ਨੇੜੇ ਗੰਢਾਂ ਬਣਨਗੀਆਂ ਨੀਚੇ ਵਾਲੀਆਂ ਉੱਨੀ ਹੀ ਜ਼ਿਆਦਾ ਮਜ਼ਬੂਤ ਜਿਹੜੀ ਹੈਗੀ ਨਾਲੀ ਹੋਊਗੀ ਅਤੇ ਡਿੱਗਣ ਦੀ ਸਮੱਸਿਆ ਘੱਟ ਆਊਗੀ। ਅਤੇ ਇਹ ਜਿਹੜੀ ਲੀਹੋਸਿਨ ਦਾ ਸਪਰੇਅ ਕਰਨਾ ਨਾ, ਇਹਦਾ ਟਾਈਮਿੰਗ ਜਿਹੜੀ ਹੈਗੀ ਆ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਅਤੇ ਜੇ ਆਪਾਂ ਨੇ ਦੇਖੋ ਦੋ ਸਪਰੇਅ ਕਰਨੇ ਨੇ, ਦੋ ਸਪਰੇਅ ਕਿੱਥੇ ਕਰਨ ਦੀ ਜ਼ਰੂਰਤ ਪਊਗੀ? ਜੇ ਤਾਂ ਇੱਕ ਤਾਂ ਆਪਾਂ ਨੇ ਜ਼ਿਆਦਾ ਅਗੇਤੀ ਬਿਜਾਈ ਕਰਤੀ, ਉੱਥੇ ਦੋ ਸਪਰੇਅ ਆਪਾਂ ਨੂੰ ਲੀਹੋਸਿਨ ਦੇ ਕਰਨੇ ਪੈਣਗੇ। ਅਤੇ ਜੇ ਆਪਾਂ ਨੇ ਲੇਟ ਬਿਜਾਈ ਕੀਤੀ ਹੈ ਥੋੜ੍ਹੀ ਜਿਹੀ 5 ਨਵੰਬਰ ਤੋਂ ਬਾਅਦ ਅਤੇ ਨਾਲੇ ਆਪਾਂ ਨੇ ਜੀਰੋ ਡਰਿੱਲ ਜਾਂ ਹੈਪੀ ਸੀਡਰ ਨਾਲ ਬਿਜਾਈ ਕੀਤੀ ਹੈ ਤਾਂ ਫਿਰ ਉੱਥੇ ਆਪਾਂ ਨੂੰ ਇੱਕ ਸਪਰੇਅ ਦੇ ਨਾਲ ਵੀ ਸਰ ਜੂਗਾ ਲੀਹੋਸਿਨ ਦੇ ਨਾਲ। ਅਤੇ ਜੇ ਦੋ ਸਪਰੇਅ ਕਰਨੇ ਨੇ ਤਾਂ ਪਹਿਲਾ ਸਪਰੇਅ ਆਪਾਂ ਕਰਾਂਗੇ 45 ਤੋਂ ਲੈ ਕੇ 50 ਦਿਨ ਦੀ ਜਦੋਂ ਕਣਕ ਹੋਊਗੀ ਉਦੋਂ ਸਪਰੇਅ ਕਰਾਂਗੇ, ਦੂਜਾ ਸਪਰੇਅ ਆਪਾਂ ਜਿਹੜਾ ਕਰਾਂਗੇ 60 ਤੋਂ ਜਦੋਂ 65 ਦਿਨ ਦੀ ਕਣਕ ਹੋਊਗੀ ਉਦੋਂ ਸਪਰੇਅ ਕਰਾਂਗੇ। ਅਤੇ ਜਿਹੜਾ ਇੱਕ ਸਪਰੇਅ ਅਗਰ ਆਪਾਂ ਨੇ ਕਰਨਾ ਤਾਂ ਇੱਕ ਸਪਰੇਅ ਆਪਾਂ 50 ਤੋਂ 55 ਦਿਨਾਂ ਦੀ ਜਦੋਂ ਕਣਕ ਹੋਊਗੀ ਉਦੋਂ ਕਰਾਂਗੇ। ਅਤੇ ਜੇ ਆਪਾਂ ਬਹੁਤ ਜ਼ਿਆਦਾ ਲੇਟ ਕਰ ਦਾਂਗੇ ਲੀਹੋਸਿਨ ਦਾ ਸਪਰੇਅ ਕਰਨ ਨੂੰ, ਕਈ ਬੰਦੇ ਕਹਿੰਦੇ ਕਿ ਜਦੋਂ ਝੰਡਾ ਪੱਤਾ ਨਿਕਲਿਆ ਉਦੋਂ ਸਪਰੇਅ ਕਰੋ, ਤਾਂ ਜਿਹੜੀ ਦੇਖੋ ਹਾਈਟ ਉਹਨੇ ਕਰਨੀ ਸੀ ਝੰਡਾ ਪੱਤਾ ਨਿਕਲਣ ਤੋਂ ਪਹਿਲਾਂ ਪਹਿਲਾਂ ਕਰ ਜਾਂਦੀ ਹੈ ਅਤੇ ਜਿਹੜੀ ਨਸਾਰੇ ਵੇਲੇ ਹਾਈਟ ਕਰਨੀ ਹੁੰਦੀ ਹੈ ਉਹ ਤਾਂ ਕਣਕ ਨੇ ਕਰਨੀ ਵੀ ਕਰਨੀ ਹੈ। ਅਤੇ ਜੇ ਆਪਾਂ ਉਸ ਸਟੇਜ 'ਤੇ ਜਾ ਕੇ ਝੰਡੇ ਪੱਤੇ ਨਿਕਲਣ ਤੋਂ ਬਾਅਦ ਸਪਰੇਅ ਕਰਾਂਗੇ ਲੀਹੋਸਿਨ ਦਾ ਤਾਂ ਉਹਨੇ ਬਹੁਤ ਜ਼ਿਆਦਾ ਫਾਇਦਾ ਨਹੀਂ ਦੇਣਾ। ਇਹ ਸਾਰੀਆਂ ਦੇ ਸਾਰੀਆਂ ਚੀਜ਼ਾਂ ਮੈਂ ਜਿਹੜੇ ਆਪਣੇ ਸਾਡੇ ਖੇਤਾਂ ਦੇ ਵਿੱਚ ਤਜਰਬੇ ਕੀਤੇ ਨੇ ਸੀ ਨੇ ਉਹਨਾਂ ਦੇ ਆਧਾਰ 'ਤੇ ਗੱਲ ਕਰ ਰਿਹਾ, ਮੈਂ ਕਿਸੇ ਤੋਂ ਸੁਣੀ ਸੁਣਾਈ ਗੱਲ ਇਹ ਨਹੀਂ ਕਰ ਰਿਹਾ। ਅਤੇ ਤੁਸੀਂ ਆਪਣੇ ਖੇਤਾਂ ਦੇ ਵਿੱਚ ਇਹਨਾਂ ਨੂੰ ਤਜਰਬਿਆਂ ਨੂੰ ਜਦੋਂ ਕਰੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੀ ਸਪਰੇਅ ਜਿਹੜੀ ਹੈਗੀ ਹੈ ਉਹ ਕਦੋਂ ਕਰਨੀ ਚਾਹੀਦੀ ਹੈ। ਅਤੇ ਬਾਕੀ ਜਿਹੜੇ ਸਪਰੇਅ ਨੇ ਉਹ ਆਪਾਂ ਅੱਗੇ ਗੱਲ ਕਰ ਲਵਾਂਗੇ ਅਤੇ ਫਿਲਹਾਲ ਇਹਨਾਂ ਚੀਜ਼ਾਂ ਦੀ ਜ਼ਰੂਰਤ ਸੀਗੀ ਇੱਕ ਤਾਂ, ਅਤੇ ਇੱਕ ਬੀਜ ਦੀ ਮਾਤਰਾ ਜਿਹੜੀ ਹੈਗੀ, ਦੇਖੋ ਬੀਜ ਦੀ ਮਾਤਰਾ ਆਪਾਂ ਨੂੰ ਥੋੜ੍ਹੀ ਜਿਹੀ ਘਟਾ ਕੇ ਪਾਉਣੀ ਚਾਹੀਦੀ ਹੈ। ਤਾਂ ਇੱਥੇ ਕੋਈ ਆਪਾਂ ਡਾਇਰੈਕਟ ਤੁਹਾਨੂੰ ਨਹੀਂ ਕਹਿ ਸਕਦੇ ਕਿ ਹਰੇਕ ਖੇਤ ਦੇ ਵਿੱਚ ਇੰਨਾ ਹੀ ਬੀਜ ਪਾਓ ਤੁਸੀਂ। ਕਿਸੇ ਜ਼ਮੀਨ ਦੇ ਵਿੱਚ ਇੱਦਾਂ ਹੁੰਦਾ ਕਿ ਸਾਰੇ ਦਾ ਸਾਰਾ ਬੀਜ ਉੱਗੇ ਹੁੰਦਾ ਅਤੇ ਕਈ ਖੇਤ ਇੱਦਾਂ ਦੇ ਹੁੰਦੇ ਨੇ ਕਿ ਉੱਥੇ ਪੂਰਾ ਬੀਜ ਨਹੀਂ ਉੱਗਰਦਾ ਹੁੰਦਾ ਅਤੇ ਉੱਥੇ ਆਪਾਂ ਨੂੰ ਬੀਜ ਦੀ ਮਾਤਰਾ ਥੋੜ੍ਹੀ ਵਧਾ ਕੇ ਪਾਉਣੀ ਪੈਂਦੀ ਹੈ। ਤਾਂ ਤੁਸੀਂ ਇੰਨਾ ਆਪਣੇ ਹਿਸਾਬ ਦੇ ਨਾਲ ਦੇਖ ਲਓਗੇ ਕਿ ਜਿਵੇਂ ਸਾਡੇ ਏਰੀਏ ਦੇ ਵਿੱਚ ਅਸੀਂ 40 ਕਿਲੋ ਆਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਬੀਜ ਪਾਉਂਦੇ ਹਾਂ, ਦੂਜੇ ਜਿਹੜੀਆਂ ਕਣਕਾਂ ਹੈਗੀਆਂ ਨੇ ਤਾਂ ਇੱਥੇ ਅਸੀਂ ਕਹਿਣਾ ਕਿ 35 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਪਾਂ ਨੂੰ DBW 187 ਦਾ ਬੀਜ ਹੈ ਜਿਹੜਾ ਪਾਉਣਾ ਚਾਹੀਦਾ। ਅਤੇ ਜੇ ਤੁਸੀਂ ਆਪਣੇ ਖੇਤਾਂ ਦੇ ਵਿੱਚ ਕਿੰਨਾ ਬੀਜ ਪਾਉਂਦੇ ਹੋ ਉਸ ਤੋਂ ਥੋੜ੍ਹਾ ਜਿਹਾ ਬੀਜ ਘਟਾ ਕੇ ਇਸ ਵਰਾਇਟੀ ਦਾ ਪਾਓ, ਉਹਦਾ ਕਾਰਨ ਹੈ ਕਿ ਜਿੰਨਾ ਜ਼ਿਆਦਾ ਆਪਾਂ ਸੰਘਣਾ ਬੀਜ ਪਾ ਦੇਵਾਂਗੇ ਅਤੇ ਨਾਲੀ ਦੇ ਵਿੱਚ ਉਨੀ ਜ਼ਿਆਦਾ ਆਪਣੀ ਕਮਜ਼ੋਰੀ ਆਊਗੀ ਅਤੇ ਫਸਲ ਦੇ ਡਿੱਗਣ ਦੇ ਚਾਂਸ ਉਹਦੇ ਨਾਲ ਵੀ ਜ਼ਿਆਦਾ ਬਣ ਜਾਣਗੇ। ਅਤੇ ਬਾਕੀ ਇੱਕ ਕਾਰਨ ਹੋ ਜਾਂਦਾ ਕਿ ਜਦੋਂ ਆਪਾਂ ਪਾਣੀ ਲਾਉਂਦੇ ਹਾਂ ਨਸਾਰੇ ਤੋਂ ਬਾਅਦ ਉਦੋਂ ਜਿਹੜੇ ਪਾਣੀ ਹੈ ਇੱਕ ਪਾਣੀ ਤੋਂ ਦੂਜੇ ਪਾਣੀ ਦਾ ਵਕਫਾ ਜਿਹੜਾ ਹੁੰਦਾ ਹੈ ਉਹ ਆਪਾਂ ਨੂੰ ਬਹੁਤ ਜ਼ਿਆਦਾ ਨਹੀਂ ਰੱਖਣਾ ਚਾਹੀਦਾ।
ਤੇ ਜ਼ਮੀਨ ਜਿਹੜੀ ਹੈਗੀ ਜੇ ਬਿਲਕੁਲ ਪੂਰੀ ਤਰ੍ਹਾਂ ਨਾਲ ਸੁੱਕ ਜੂਗੀ ਤੇ ਉਸ ਤੋਂ ਬਾਅਦ ਆਪਾਂ ਅਗਲਾ ਪਾਣੀ ਲਾਵਾਂਗੇ ਤਾਂ ਫਸਲ ਨੂੰ ਡਿੱਗਣ ਦੀ ਸਮੱਸਿਆ ਜ਼ਿਆਦਾ ਆ ਸਕਦੀ ਹੈ, ਤੇ ਜੇ ਆਪਾਂ 72-72 ਦੇ ਵਿੱਚ ਦੁਬਾਰਾ ਪਾਣੀ ਲਾਈ ਜਾਵਾਂਗੇ ਉਹਦੇ ਨਾਲ ਡਿੱਗਣ ਦੀ ਸਮੱਸਿਆ ਘੱਟ ਆਊਗੀ। ਤਾਂ ਇਹ ਜਿਹੜੀਆਂ ਕੁਝ ਗੱਲਾਂ ਹੈਗੀਆਂ ਨੇ ਇਹਨਾਂ ਨੂੰ ਅਗਰ ਆਪਾਂ ਧਿਆਨ ਦੇ ਵਿੱਚ ਰੱਖਾਂਗੇ ਤਾਂ ਕੋਈ ਕਾਰਨ ਨਹੀਂ ਹੈਗਾ ਕਿ ਸਾਨੂੰ ਜਿਹੜੀ ਇਹ ਵੈਰਾਈਟੀ ਹੈਗੀ ਹੈ DBW 187 ਕਿ ਕੋਈ ਇਹ ਝਾੜ ਘੱਟ ਦੇ ਜੂਗੀ। ਤੇ ਬਾਕੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਇਹ ਚੀਜ਼ ਦੱਸ ਦਿਓ ਜੀ ਵੀ ਜਿਵੇਂ ਆਪਾਂ ਨੇ ਹੁਣ ਇਹ DBW 187 ਦੀ ਜਿਹੜੀ ਸਾਰੀ ਦੀ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕੀਤੀ ਹੈ, ਤੇ ਇਸੇ ਤਰ੍ਹਾਂ ਅਗਰ ਤੁਸੀਂ ਕਹੋ ਕਿ DBW 222 ਤੇ ਜਿਹੜੀਆਂ ਦੂਜੀਆਂ ਹੋਰ ਵੈਰਾਈਟੀਆਂ ਵੀ ਹੈਗੀਆਂ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਕਿਹੜੀਆਂ ਖਾਸ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ, ਅਗਰ ਵੀਡੀਓ ਉਹ ਬਣਾਉਣੀ ਚਾਹੀਦੀ ਆਪਾਂ ਨੂੰ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਦਿਓ ਤਾਂ ਆਪਾਂ ਬਣਾ ਦੇਵਾਂਗੇ। ਤੇ ਜੇ ਆਪਾਂ ਨੂੰ ਲੱਗਦਾ ਕਿ ਉਹਨਾਂ ਦੇ ਵਿੱਚ ਆਪਾਂ ਨੂੰ ਕੋਈ ਸਮੱਸਿਆ ਨਹੀਂ ਆ ਰਹੀ ਤਾਂ ਫਿਰ ਆਪਾਂ ਨੂੰ ਉਹਨਾਂ ਵੀਡੀਓਜ਼ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਤੇ ਬਾਕੀ DBW 303 ਜਿਹੜੀ ਹੈਗੀ ਹੈ ਇਹਦੀ ਮੈਨੇਜਮੈਂਟ ਦੀਆਂ ਵੀਡੀਓਜ਼ ਆਪਾਂ ਜਿਵੇਂ ਤੁਹਾਨੂੰ ਦੱਸਿਆ ਕਿ ਆਪਾਂ ਅੱਗੇ ਬਣਾਵਾਂਗੇ ਜ਼ਰੂਰ, ਤੇ 87 ਦੇ ਬਾਰੇ ਵੀ ਜੇ ਕੋਈ ਗੱਲ ਹੋਈ ਇਦਾਂ ਦੀ ਤਾਂ ਉਹ ਆਪਾਂ ਅੱਗੇ ਵੀਡੀਓ ਦੇ ਵਿੱਚ ਕਰ ਲਵਾਂਗੇ। ਸੋ ਇਹ ਤਾਂ ਜਿਹੜਾ ਸਾਰਾ ਦਾ ਸਾਰਾ ਆਪਾਂ ਨੇ ਗੱਲ ਕਰਨੀ ਸੀ ਉਹ ਕਰ ਲਈ ਹੈ, ਤੇ ਹੁਣ ਤੁਸੀਂ ਇਹ ਜਿਹੜੀ ਵੀਡੀਓ ਹੈਗੀ ਹੈ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਵੀਰਾਂ ਤੱਕ ਪਹੁੰਚਾਉਣ ਵਾਸਤੇ ਇਹਨੂੰ ਸ਼ੇਅਰ ਕਰ ਸਕਦੇ ਹੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਵੀਰਾਂ ਦਾ ਫਾਇਦਾ ਕੁਛ ਨਾ ਕੁਛ ਹੋ ਸਕੇ। ਸੋ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ।